देखण वाले सारे दर्शकों स्रोतियां ते सत्कारयोग सज्जना नूं मेरा नूर दा ते लोक रंग नूरड दी टीम ते पेके आए ने कुड़ियां दे संधारा लैके सत श्री अकाल आदाब नमस्कार। ਤੁਸੀਂ ਤੀਆਂ ਦਾ ਤਿਉਹਾਰ ਪਿੰਡ ਲੱਲਾ ਵਿੱਚ ਮਨਾਉਣ ਆ ਰਹੇ ਹੋ ਜੀ, ਅਤੇ ਕਿਸ ਤਰ੍ਹਾਂ ਦੇਖ ਰਹੇ ਹੋ ਪਿੰਡਾਂ ਦਾ ਜਿਹੜਾ ਸੱਭਿਆਚਾਰ ਸੀ ਆਪਾਂ ਖਤਮ ਹੋ ਗਿਆ? ਦੇਖੋ ਸੱਭਿਆਚਾਰ ਅਤੇ ਭਾਸ਼ਾ ਕਈ ਵਾਰੀ ਕਹਿ ਦਿੰਦੇ ਹਾਂ ਅਸੀਂ ਵੀ ਖਤਮ ਹੁੰਦੀ ਆ, ਪਰ ਜਿੰਨਾ ਚਿਰ ਇਹ ਲੋਕਾਂ ਦੇ ਦਿਲਾਂ 'ਚ ਜਿਉਂਦੀ ਹੈ, ਲੋਕ ਰੰਗ ਜਿੰਨਾ ਚਿਰ ਲੋਕਾਂ ਦੇ ਦਿਲਾਂ 'ਚ ਜਿਉਂਦਾ, ਉਨਾ ਚਿਰ ਮੇਰਾ ਖਿਆਲ ਹੈ ਐਫਰਟਸ ਨੇ ਇਹ ਬੀਬੀਆਂ ਰਲ ਕੇ ਐਫਰਟਸ ਕਰਦੀਆਂ ਰਹਿਣਗੀਆਂ ਤਾਂ ਇਹਨਾਂ ਦੇ ਤਿਉਹਾਰ ਜਿਉਂਦੇ ਰਹਿਣਗੇ, ਬਾਬੇ ਐਫਰਟਸ ਕਰਦੇ ਰਹਿਣਗੇ ਉਹਨਾਂ ਦੇ ਤਿਉਹਾਰ ਜਿਉਂਦੇ ਰਹਿਣਗੇ ਔਰ ਜਿਉਂਦੇ ਹੀ ਰਹਿਣਗੇ। ਤੁਸੀਂ ਤੁਹਾਨੂੰ ਕਈ ਅਵਾਰਡ ਮਿਲ ਚੁੱਕੇ ਨੇ, ਉਹ ਸ਼ੁਕਰ ਹੈ ਜੀ ਵਾਹਿਗੁਰੂ ਦਾ। ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਅਵਾਰਡ, ਉਹਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ? ਉਹ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਅਵਾਰਡ ਇਹਨਾਂ ਬੀਬੀਆਂ ਦੀਆਂ ਦੁਆਵਾਂ ਨੇ, ਭਰਾਵਾਂ ਦੀ ਇਹ ਸ਼ਾਬਾਸ਼ ਹੈ, ਅਤੇ ਉਹ ਵਾਹਿਗੁਰੂ ਨੇ ਜੋ ਮੈਨੂੰ ਟੈਲੈਂਟ ਦਿੱਤਾ ਅਤੇ ਉਹ ਲੋਕਾਂ ਦੇ ਹੀ ਰੰਗ ਨੂੰ ਚੱਕ ਕੇ ਮੈਂ ਲੋਕਾਂ ਦੇ ਸਾਹਮਣੇ ਥੋੜ੍ਹਾ ਜਿਹਾ ਸੋਹਣਾ ਬਣਾ ਕੇ ਪੇਸ਼ ਕਰਤਾ, ਅਤੇ ਉਹਦੀ ਕਿਰਪਾ। ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਤੁਸੀਂ ਇਸ ਤਰ੍ਹਾਂ ਪਹਿਰਾਵਾ ਪਾ ਕੇ ਲੋਕਾਂ ਨੂੰ? ਇਹ ਪਹਿਰਾਵਾ ਪਾ ਕੇ ਮੈਂ ਸੋਹਣੀ ਜੀ ਲੱਗਦੀ ਹਾਂ, ਬਹੁਤ ਸੋਹਣਾ ਲੱਗਦਾ ਜੀ ਜਦੋਂ ਲੋਕ ਰੰਗ ਨੂੰ ਪਹਿਨੀਦਾ, ਕਿਉਂਕਿ ਮੈਂ ਆਪਣੇ ਜਿਹੜਾ ਪਹਿਰਨ ਹੈ, ਜਿਹੜਾ ਮੇਰਾ ਸੂਟ ਹੈ, ਇਹ ਕੁੜੀ ਬਣਨ ਲਈ ਨਹੀਂ ਮੈਂ ਪਾਇਆ, ਇਹ ਪਹਿਰਨ ਜਿਹੜਾ ਕੀਤਾ ਇਹ ਕਲਾ ਨੂੰ ਜਗਾਉਣ ਵਾਸਤੇ ਪਾਇਆ, ਅਤੇ ਮੈਂ ਗਿੱਧਾ ਪਹਿਨੇ ਹੈ, ਲੋਕ ਰੰਗ ਪਹਿਨੇ ਹੈ, ਲੋਕ ਗੀਤ ਪਹਿਨੇ ਨੇ, ਇਹ ਜੋ ਸੂਟ ਹੈ ਇਹਨੂੰ ਸੂਟ ਕਹਿ ਦਿੰਦੇ ਹਾਂ, ਪਰ ਇਹ ਲੋਕ ਰੰਗ ਹੈ ਜਿਹੜਾ ਪਹਿਨੇ ਹੈ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਭੰਬੂਕੇ ਵਾਂਗੂ ਮੱਚਣ ਦੀ ਜਦੋਂ ਲੋਕ ਰੰਗ ਮੇਰੇ ਸਿਰ ਨੂੰ ਚੜ੍ਹ ਜਾਂਦਾ। ਇੰਡੀਆ ਤੋਂ ਇਲਾਵਾ ਤੁਸੀਂ ਪਾਕਿਸਤਾਨ 'ਚ ਵੀ ਧੁੰਮਾ ਪਾ ਕੇ ਆਏ ਹੋ ਅਤੇ ਬਾਹਰ ਕਈ ਕੰਟਰੀ? ਬਿਲਕੁਲ ਜੀ, ਬਾਹਰ ਕਈ। ਤੁਹਾਨੂੰ ਕਿੱਦਾਂ ਦਾ ਪਿਆਰ ਮਿਲਿਆ? ਬਹੁਤ ਪਿਆਰ ਮਿਲਦਾ ਜੀ, ਪਿੱਛੇ ਮੈਂ UK ਗਿਆ, ਬਰਮਿੰਗਮ ਸਿਟੀ ਦੇ ਵਿੱਚ ਮੇਰੀ 15 ਦਿਨ ਦੀ ਸਟੇਅ ਸੀ, ਇੱਕ ਪੋਸਟ ਪਾਈ ਅਤੇ 15 ਦਿਨ ਮੇਰੇ ਇੰਨੇ ਕੁ ਬਿਜ਼ੀ ਹੋ ਗਏ ਕਿ ਮੈਨੂੰ ਇਹ ਲੱਗਦਾ ਸੀਗਾ ਕਿ ਜੇ ਰਾਤ ਨੂੰ ਨਾ ਵੀ ਸੌਵਾਂ ਤਾਂ ਫਿਰ ਵੀ ਬਿਜ਼ੀ। ਇੱਕ ਜੋਰਾ ਹੁੰਦਾ ਸੀ ਚੜੀ। ਹਾਂਜੀ ਹਾਂ, ਅੱਜ ਨੂਰ ਜਦੋਂ ਤੁਸੀਂ ਚੜੀ ਜਾਓਗੇ, ਮੇਰੇ ਘਰ ਜਾਓਗੇ, ਉੱਥੇ ਤੁਹਾਨੂੰ ਜ਼ੋਰਾ ਹੀ ਮਿਲੂਗਾ, ਜਦੋਂ ਸਕੂਲ ਜਾਓਗੇ ਤਾਂ ਜ਼ੋਰਾਵਰ ਸਿੰਘ ਮਿਲੂਗਾ, ਜਦੋਂ ਗਿੱਧਿਆਂ ਦੀ ਕੋਚਿੰਗ 'ਚ ਜਾਓਗੇ ਜ਼ੋਰੇ ਦਾ ਗਿੱਧਾ ਆ ਗਿਆ, ਪਰ ਜਦੋਂ ਮੈਨੂੰ ਇਹਨਾਂ ਪਿੜਾਂ ਦੇ ਵਿੱਚ ਇਸ ਰੂਪ 'ਚ ਦੇਖੋਗੇ ਤਾਂ ਨੂਰ ਅਤੇ ਨੂਰ ਜ਼ੋਰਾ, ਆ ਸਾਰੀਆਂ ਜਿਹੜੇ ਵਰਜ਼ਨਸ ਨੇ ਮੇਰੇ, ਠੀਕ ਹੈ, ਉਹ ਵਰਜ਼ਨਸ ਵੱਖਰੇ ਵੱਖਰੇ ਨੇ, ਜ਼ੋਰਾ ਤੁਹਾਨੂੰ ਹੁਣ ਵੀ ਮਿਲੂਗਾ, ਆਪਾਂ ਇਕੱਠੇ ਖੇਡਦੇ ਰਹੇ ਹਾਂ, ਆਪਾਂ ਇਕੱਠੇ ਪੜ੍ਹੇ ਵੀ ਹਾਂ, ਹੈ ਨਾ, ਅਤੇ ਆਪਾਂ ਇੰਜੋਏ ਕੀਤਾ ਬਚਪਨ ਨੂੰ, ਉਹ ਬਚਪਨ ਸ਼ਾਇਦ ਮੈਂ ਭੁੱਲ ਗਿਆ ਕਿਉਂਕਿ ਮੈਨੂੰ ਬਹੁਤ ਲੋਡ ਨੇ, ਬਿਜ਼ੀਆਂ, ਜਾਣਾ ਆਉਣਾ, ਥਕਾਵਟ, ਅਤੇ ਤੁਹਾਡੇ ਮੇਰਾ ਖਿਆਲ ਯਾਦ ਆ, ਮੈਂ ਕਈ ਵਾਰੀ ਇਹ ਤੁਹਾਨੂੰ ਬੇਨਤੀ ਕਰੂੰਗਾ ਕਦੇ ਆਓ ਮੇਰੇ ਘਰ, ਸਾਡੇ ਮੇਰੇ ਬਚਪਨ ਦੀਆਂ ਗੱਲਾਂ ਮੈਨੂੰ ਯਾਦ ਕਰਾਓ ਜੀ। ਬਹੁਤ ਰਵਿੰਦਰ ਕੌਰ ਮਾਂਗੜ ਜੀ, ਮਾਂਗੜ ਜੀ ਜਿਹੜਾ ਤੁਸੀਂ ਤੀਆਂ ਤਿਉਹਾਰ ਮਨਾ ਰਹੇ ਹੋ, ਹਾਂਜੀ, ਬਹੁਤ ਪਿੰਡਾਂ ਵਿੱਚ ਸੱਭਿਆਚਾਰ ਪ੍ਰੋਗਰਾਮ ਜਿਹੜੇ ਸੀ ਆਪਣੇ ਭਰਾ ਨੇ ਜੀ ਖਤਮ ਹੁੰਦੇ ਜਾ ਰਹੇ, ਕੀ ਕਾਰਨ? ਇਹਦੇ 'ਚ ਅਸੀਂ ਮੇਨ ਸਾਡਾ ਪ੍ਰੋਗਰਾਮ ਤੁਸੀਂ ਦੇਖਿਆ ਵੀ ਹੋਣਾ, ਆਮ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉਹ ਕਲੱਬਾਂ ਵਗੈਰਾ 'ਚ ਮਨਾਏ ਜਾਂਦੇ ਨੇ ਜਾਂ ਪੈਲਸਾਂ ਵਗੈਰਾ 'ਚ ਮਨਾਏ ਜਾਂਦੇ ਨੇ, ਸਾਡਾ ਮੇਨ ਮਕਸਦ ਅੱਜ ਅਸੀਂ ਇੱਥੇ ਗਰਮੀ ਦੇ ਵਿੱਚ ਸਾਰੇ ਮਨਾ ਰਹੇ ਹਾਂ ਤਾਂ ਸਾਡਾ ਮੇਨ ਮਕਸਦ ਇਹੀ ਆ ਕਿ ਇਸੇ ਨੂੰ ਤਿਉਹਾਰ ਨੂੰ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਮਨਾਈਏ ਤਾਂ ਕਿ ਇੱਕ ਖੁੱਲ੍ਹੀ ਜਗ੍ਹਾ ਦੇ ਵਿੱਚ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਮਨਾਏ ਜਾਂਦੇ ਸੀ ਅਸੀਂ ਉਹਨੂੰ ਉਸੇ ਲੈਵਲ ਦੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਤਾਂ ਪੁਰਾਣੇ ਜ਼ਮਾਨੇ ਜਿਹੜੇ ਜਿਵੇਂ ਤਿਉਹਾਰ ਸੀ ਆਪਾਂ ਉਹਨੂੰ ਨਵੇਂ ਰੰਗਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਮੀਡੀਆ ਇੰਨਾ ਜ਼ਿਆਦਾ ਅੱਗੇ ਜਾ ਚੁੱਕਿਆ ਉਹਦੇ ਕਰਕੇ ਜਿਹੜੇ ਪੁਰਾਣੇ ਸਾਡੇ ਰਿਵਾਜ਼ ਸੀ ਉਹ ਅਲੋਪ ਹੋ ਰਹੇ ਹਨ ਤਾਂ ਆਪਾਂ ਅਸੀਂ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਣ ਦੇ ਲਈ ਮੀਡੀਆ ਨਹੀਂ ਆਪਾਂ ਕਹਿ ਸਕਦੇ ਸਰ, ਆਪਾਂ ਕਹਿ ਰਹੇ ਚੈਨਲਸ ਦੇ ਥਰੂ ਜਿਵੇਂ ਆਪਾਂ ਦੇਖਦੇ ਹਾਂ ਕੁਛ ਵੀ ਉਹਨਾਂ ਨੇ ਉਹਨਾਂ ਨੂੰ ਇੱਕ ਨਵੀਂ ਰੰਗਤ ਦੇ ਚੁੱਕੇ ਹਾਂ, ਮੀਡੀਆ ਤਾਂ ਪੁਰਾਣੇ ਚੀਜ਼ਾਂ ਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ ਬਟ ਆਪਾਂ ਕਹਿ ਰਹੇ ਹਾਂ, ਸੋਰੀ ਮੀਡੀਆ ਦੀ ਨਹੀਂ ਮੈਂ ਗੱਲ ਕਰ ਰਹੀ, ਮੇਰੇ ਕਹਿਣ ਦਾ ਮਤਲਬ ਆ ਜਿਹੜੇ ਆਪਣੇ ਐਂਟਰਟੇਨਮੈਂਟ ਦੇ ਚੈਨਲਸ ਨੇ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਵੀ ਜਿਸ ਤਰ੍ਹਾਂ TV ਉੱਤੇ ਹੀ ਆ ਆਪਾਂ ਨੂੰ ਜਿਸ ਤਰ੍ਹਾਂ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਜੋ ਦਿਖਾਇਆ ਜਾ ਰਿਹਾ TV ਦੇ ਉੱਤੇ ਉਹਨਾਂ ਨੇ ਉਹੀ ਚੀਜ਼ਾਂ ਪੇਸ਼ ਕਰਨੀਆਂ ਨੇ ਤਾਂ ਜੋ ਦੇਖਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡਾ ਕਲਚਰ ਵੈਸਟਰਨ ਕਲਚਰ ਨੂੰ ਜ਼ਿਆਦਾ ਅਪਣਾ ਰਹੇ ਹਾਂ, ਯੈਸ, ਜਿਸ ਤਰ੍ਹਾਂ ਆਪਣਾ ਪੰਜਾਬ ਨੂੰ ਛੱਡ ਨਹੀਂ ਰਹੇ ਕਹਿ ਸਕਦੀ ਮੈਂ ਕਿਉਂਕਿ ਅੱਜ ਦੇ ਹੁਣ ਦੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਲੋਕਾਂ ਦੇ ਵਿੱਚ ਜ਼ਿਆਦਾ ਸਮਝ ਲਓ ਇਹ ਸਮਝ ਆ ਚੁੱਕੀ ਆ ਕਿ ਉਹ ਆਪਣੇ ਕਲਚਰ ਨੂੰ ਪਛਾਣਨ ਲੱਗੇ ਨੇ ਤਾਂ ਹੀ ਇਹਨਾਂ ਪ੍ਰੋਗਰਾਮਾਂ ਦਾ ਕਾਰਨ ਹੀ ਮੇਨ ਇਹ ਆ ਕਿ ਸਾਰੇ ਪਿੰਡਾਂ ਦੇ ਵਿੱਚ ਹੋ ਰਹੇ ਨੇ, ਨਵੀਂ ਜਨਰੇਸ਼ਨ ਨੂੰ ਇਹੀ ਆ ਕਿ ਸਾਡਾ ਮੇਨ ਮਕਸਦ ਹੀ ਇਹ ਆ ਕਿ ਉਹਨਾਂ ਨੂੰ ਅਸੀਂ ਆਪਣੇ ਪੁਰਾਣੇ ਪਿਛੋਕੜ ਦੇ ਨਾਲ ਜੋੜ ਸਕੀਏ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਸਾਰੇ ਅੱਗੇ ਤੋਂ ਅੱਗੇ ਇਹ ਵਿਰਸੇ ਨੂੰ ਅੱਗੇ ਲੈ ਕੇ ਜਾ ਸਕਣ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਸਾਨੂੰ ਦੇਖਣਗੇ ਅੱਜ ਵੀ ਉਹ ਕਿਵੇਂ ਮਨਾ ਰਹੇ ਨੇ ਕਿਉਂਕਿ ਜੇ ਉਹਨਾਂ ਨੇ ਦੇਖਿਆ ਹੋਊਗਾ ਕਿ ਕਾਤੀਆਂ ਵਗੈਰਾ ਮਨਾਈਆਂ ਸਕੂਲਾਂ ਕਾਲਜਾਂ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਤਾਂ ਇੱਕ ਅਸੀਂ ਖੁੱਲ੍ਹੀ ਜਗ੍ਹਾ ਦੇ ਵਿੱਚ ਪਿੰਡ ਦੇ ਵਿੱਚ ਮਨਾਉਣ ਦਾ ਮੇਨ ਮਕਸਦ ਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਸਾਡਾ ਫਿਊਚਰ ਆ ਉਹਨਾਂ ਨੂੰ ਆਪਣੇ ਨਾਲ ਜੋੜ ਸਕੀਏ। ਫੁਲਕਾਰੀ ਹੁੰਦੀ ਸੀ ਜੀ, ਅੱਜ ਦੇ ਸਮੇਂ ਫੁਲਕਾਰੀ ਖਤਮ ਖਤਮ ਨਹੀਂ ਕਹਿ ਸਕਦੇ ਆਪਾਂ, ਫੁਲਕਾਰੀ ਲੈਂਦੇ ਨੇ ਬਟ ਇਹ ਆ ਵੀ ਫੁਲਕਾਰੀ ਨੂੰ ਆਪਾਂ ਉਸ ਲੈਵਲ 'ਤੇ ਨਹੀਂ ਲੈ ਕੇ ਜਾ ਰਹੇ ਕਿਉਂਕਿ ਜਿੱਥੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹ ਲੋਕ ਹੁਣ ਆਪਾਂ ਨੇ ਵਿਆਹਾਂ ਦੇ ਵਿੱਚ ਅਸੀਂ ਖੁਦ ਹਾਂ ਆਪਾਂ ਇਹ ਆ ਵੀ ਆਪਾਂ ਲੈਂਦੇ ਹਾਂ ਕੋਈ ਪ੍ਰੋਗਰਾਮਾਂ 'ਚ ਵਿਆਹਾਂ 'ਚ ਆਪਣਾ ਕੋਈ ਫੰਕਸ਼ਨ ਆ ਚਾਹੇ ਵਿਆਹ ਹੈ ਚਾਹੇ ਕੋਈ ਹੋਰ ਪ੍ਰੋਗਰਾਮ ਆ ਤਾਂ ਆਪਾਂ ਦੇਖ
यह साडा एक सभ्याचार का हिस्सा। तो फुलकारी तो बिना मैं नहीं लगता कि कोई भी पंजाबन विआह दे विच वी जां साडे कोई फंक्शन दे विच बिना फुलकारी तो कोई प्रोग्राम हुंदा। थैंक यू जी। हाँ जी सत श्री अकाल जी सारिआं नूं। ओके तुसीं मैनूं पुछोगे? मैं ही पुछदी हाँ ना। हाँ जी रोल है। की नाम है? चरणप्रीत कौर। तीआं दा त्यौहार आ जिहड़ा सावण महीने दे विच आउंदा है, ये जदों अपने सावण महीने दे सौण दी जदों चानण पक्ष हुंदा तीज तो शुरू हो के पूर्णमाशी तक मनाया जाता है। ये त्यौहार का मेन जिहड़ा संबंध आ, कुड़ियां पेके घर आउंदियां ने, रहिंदियां ने, चाई चाई आपदियां सहेलियां नाल मिलदियां ने, नचदियां टपदियां बहुत खुशी मनाउंदियां ने, ते जदों ओह जांदियां ने तां उहनां नूं मां बाप तीआं दा संधारा दिंदे आ, जो कि इसका खास महत्व है, जिहड़ा जिहदे विच ओह कपड़े गहने पैसे जां कोई भी मठियाइयां जो भी उहनां तों सरदा ओह दिंदे ने। इह नहीं पर साडे पिंड च हले है, काफी हैगे पिंड दे विच भी हैगे, तुसीं आ देखो सारे आले दुआले अपने काफी दरख्त हैगे आ, ते साडे चाचा जी होणी ने ओह एसी अपने हरियाली वालियां दे नाल ग्रुप च ने, उहदे करके भी साडे पिंड च हरियावल बहुत ज्यादा आ, असीं इस चीज़ नूं बहुत मेन मन के चल रहे। सग्गी फुल सिर ते पाए जाण वाले गहने ने, जिहड़े कि दो गब्बे सग्गी हुंदी आ, साइडां ते छोटियां सग्गियां हुंदियां। इह तां खतम हुंदी जा रही, की कारण? खतम तां अपना ही हो आ भी, पौणे आ तां तुसीं पावो सोहणे लगदे आ, तुहाडा अपना मन आ, जिहनूं शौक आ पौणे जरूर चाहीदे ने। पुराना सभ्याचार खतम हो रहा, की कारण है? हुण इहदे पर मैं कुछ नहीं कह सकदी, क्योंकि असीं तां रिलेटड हैगे ही आ, क्योंकि इहदे नाल असीं तां जुड़े ही होए आ। यही कह सकते हैं बच्चे अजक थोड़ा सौखा मानते हैं होर पहरावे नूं, इहनूं थोड़ा जिहा औखा मानते भी है, भी आ इन्ना कुछ लाउणा पऊ, इस चीज़ तो परे हटते हैं।